ਲੜਕੀ ਨੂੰ ਇੱਕ ਯੂਜ਼ ਕੀਤਾ ਗਿਆ ਮੋਹਰਾ ਬਣਾ ਕੇ ਟ੍ਰੈਪ ਕਰਨ ਵਾਸਤੇ, ਪਹਿਲਾਂ ਚੈਟਿੰਗ ਕੀਤੀ ਗਈ ਇੰਸਟਾਗ੍ਰਾਮ ਫੇਸਬੁੱਕਸ ਦੇ ਉੱਤੇ, ਗੱਡੀ ਦੇ ਵਿੱਚ ਓਵਰ ਪਾਵਰ ਕਰਕੇ ਉਹਦੀ ਅੱਖਾਂ 'ਚ ਮਿਰਚਾਂ ਪਾਈਆਂ, ਫਿਰ ਉਹਨੂੰ ਇੱਕ ਸੈਡੇਸ਼ਨ ਦਾ ਇੰਜੈਕਸ਼ਨ ਦਿੱਤਾ। ਬੜਾ ਇਨਹਿਊਮਨ ਤਰੀਕੇ ਨਾਲ ਡਿੱਗੀ 'ਚ ਪਾ ਕੇ ਅਤੇ ਆਪਣੇ ਫਲੈਟ ਲੈ ਗਏ। ਲੜਕੀ ਨੇ ਉਹਨੂੰ ਬੰਨ੍ਹ ਕੇ ਰੱਖਿਆ, ਇਹਨਾਂ ਨੇ ਲੜਕੀ ਸੁਪਰਵਾਈਜ਼ ਕਰ ਰਹੀ ਸੀ ਜਦੋਂ ਕਿ ਅਜੇ ਘਰ ਦੇ ਹਨ, ਸਾਰੀਆਂ ਏਜੰਸੀਆਂ ਕਾਲਜ ਕਰ ਰਹੇ ਸੀ। ਵਾਈਲਸ ਨੇ ਇੱਕ ਹੋਂਡਾ ਕਾਰ ਹੈਗੀ ਅਸੀਂ ਜੀ, ਔਰ ਇੱਕ 0.32 ਪਿਸਟਲ ਹੈ ਉਹਦੇ ਨਾਲ, 9 ਰਾਊਂਡਸ ਨੇ। ਹਿਤੇਸ਼ ਨਾਮ ਦਾ ਇਹ ਸਟੂਡੈਂਟ ਹੈ ਜਿਹਦੀ ਉਮਰ ਤਕਰੀਬਨ 20 ਸਾਲ ਦੀ ਹੈ, ਚੰਡੀਗੜ੍ਹ ਗਰੁੱਪ ਆਫ ਕਾਲਜਿਸ ਘੁੰਮਾ ਦੇ ਵਿੱਚ BE ਦਾ ਸਟੂਡੈਂਟ ਹੈ। ਉਹਦੇ 'ਚ ਕੀ ਹੋਇਆ ਕਿ ਉਹਨੂੰ ਅਚਾਨਕ ਉਹਦੇ ਪੇਰੈਂਟਸ ਨੂੰ ਪਤਾ ਲੱਗਿਆ ਅਤੇ ਰੈਨਸਮ ਕਾਲ ਆਈ ਕਿ ਉਹ ਬੱਚਾ ਜਿਹੜੇ ਕਿਡਨੈਪਰਸ ਨੇ ਕ੍ਰਿਮੀਨਲਸ ਨੇ ਉਹਨਾਂ ਦੀ ਕਸਟਡੀ 'ਚ ਹੈ, ਔਰ ਬੜਾ ਹੈਫਟੀ ਅਮਾਊਂਟ ਉਹਨਾਂ ਨੇ ਸ਼ੁਰੂ ਕੀਤਾ ਅਤੇ ਪੇਰੈਂਟਸ ਨੈਚੁਰਲੀ ਅੰਡਰ ਪ੍ਰੈਸ਼ਰ ਆ ਗਏ। ਜਦੋਂ ਪੁਲਿਸ ਨੂੰ ਰਿਪੋਰਟ ਹੋਇਆ 17 ਤਰੀਕ ਨੂੰ ਇਹਦੇ 'ਚ FIR ਦਰਜ ਕੀਤੀ ਗਈ, ਔਰ ਉਹਦੇ 'ਚ ਜਦੋਂ ਇਹ ਕਾਲਸ ਰੈਨਸਮ ਦੀਆਂ ਚੱਲ ਰਹੀਆਂ ਸੀਗੀਆਂ, ਉਹਦੇ ਡਿਫਰੈਂਟ ਪੁਲਿਸ ਟੀਮਸ ਬਣਾਈਆਂ ਗਈਆਂ ਅੰਡਰ ਡਿਫਰੈਂਟ ਆਫਿਸਰਸ, ਕਿਉਂਕਿ ਬਹੁਤ ਵੱਡਾ ਸਟ੍ਰੈਚ ਹੋ ਗਿਆ ਸੀਗਾ ਐਸ ਪਰ ਜਿਹੜੀਆਂ ਰੈਨਸਮ ਕਾਲਸ ਦੇ ਵਿੱਚ, ਕਿ ਕੁਛ ਉੱਤਰਾਂਚਲ ਦਾ ਲੀਡ ਆ ਰਹੀ ਸੀ, ਕੁਛ UP ਦੀ ਆ ਰਹੀ ਸੀ, ਹਰਿਆਣਾ ਦੀ ਆ ਰਹੀ ਸੀ। ਸੋ ਡਿਫਰੈਂਟ ਡਿਫਰੈਂਟ ਟੀਮਸ ਨੂੰ, ਔਰ ਮੈਂ ਵੀ ਐਪਰੀਸ਼ੀਏਟ ਕਰਦਾ ਕਿ 2 ਰਾਤਾਂ ਸਾਰੇ ਆਫਿਸਰਸ ਇੰਕਲੂਡਿੰਗ SSP ਸਾਹਿਬ, ਅਸੀਂ ਵੀ ਸਾਰੇ ਇਸ ਓਪਰੇਸ਼ਨ ਕਰਕੇ, ਮੇਰੇ ਖਿਆਲ ਕਿਸੇ ਨੇ ਵੀ ਕੋਈ ਰੈਸਟ ਨਹੀਂ ਕੀਤੀ, ਐਂਡ ਉਸੇ ਦਾ ਨਤੀਜਾ ਕਿ ਆਪਾਂ ਇੱਥੇ ਆਏ ਹਾਂ, ਪ੍ਰੈਸ ਨਾਲ ਸ਼ੇਅਰ ਕਰ ਰਹੇ ਹਾਂ ਅੱਛੀ ਨਿਊਜ਼। ਔਰ ਬੈਸਟ ਗੱਲ ਇਹ ਹੈ ਕਿ ਜਦੋਂ ਕਿਡਨੈਪਿੰਗ ਫੋਰ ਰੈਨਸਮ ਹੁੰਦੀ ਹੈ, ਉਹਦੇ 'ਚ ਮੇਨ ਗੱਲ ਹੁੰਦੀ ਹੈ ਕਿ ਵਿਕਟਿਮ ਸਾਨੂੰ ਸਹੀ ਸਲਾਮਤ ਮਿਲ ਜਾਏ, ਬਾਕੀ ਚੀਜ਼ਾਂ ਤੋਂ ਬਾਅਦ ਫੜੀਆਂ ਵੀ ਜਾ ਸਕਦੀਆਂ ਕ੍ਰਿਮੀਨਲਸ। ਉਹਦੇ 'ਚ ਬੜਾ ਅੱਛਾ ਓਪਰੇਸ਼ਨ ਹੋ ਕੇ, ਬੜਾ ਕਲੀਨ ਓਪਰੇਸ਼ਨ ਹੋਇਆ ਔਰ ਸਕਸੈਸਫੁਲ ਹੋਇਆ। ਇਹਦੇ ਸਾਨੂੰ ਹਰਿਆਣਾ ਪੁਲਿਸ, ਸਪੈਸ਼ਲੀ ਕੁਰੂਕਸ਼ੇਤਰ ਡਿਸਟ੍ਰਿਕਟ, ਔਰ ਉੱਤਰਾਂਚਲ ਪੁਲਿਸ, UP ਪੁਲਿਸ, ਸਭ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਲੋਕਲ ਲੈਵਲ 'ਤੇ, ਜਿੱਥੇ ਜਿੱਥੇ ਅਸਿਸਟੈਂਸ ਦੀ ਲੋੜ ਸੀ ਦਿੱਤੀ ਗਈ। ਔਰ ਉਸ ਤੋਂ ਇਲਾਵਾ ਜਿਹੜੀ ਮੇਨ ਗੱਲ ਇਹ ਹੈ ਕਿ ਇਹ ਜਿਹੜਾ ਮੇਨ ਅਕਿਊਜ਼ ਫੜਿਆ ਗਿਆ ਜਿਹਦਾ ਨਾਂ ਹੈ ਅਜੇ ਕਾਦੀਆਨ, ਉਹ ਤੁਹਾਨੂੰ ਪ੍ਰੈਸ ਦੇ ਵਿੱਚ ਆ ਜਾਏਗਾ ਨੋਟ 'ਚ, ਅਜੇ ਕਾਦੀਆਨ ਨੇ ਸਾਰੀ ਪਲੈਨਿੰਗ ਕੀਤੀ। ਆਪਣਾ ਇੱਕ ਹੋਰ ਦੋਸਤ ਹੈ ਉਹਦਾ ਵੀ ਅਜੇ, ਉਹ ਸਰਸੇ ਦਾ ਹੈਗਾ, ਅਤੇ ਇੱਕ ਲੜਕੀ ਹੈ ਰਾਖੀ। ਇਹਨਾਂ ਸਭ ਨੇ ਪਲੈਨ ਮਿਲ ਕੇ ਕੀਤਾ। ਸੋਸ਼ਲ ਪ੍ਰੋਫਾਈਲ ਦੇ ਉੱਤੇ ਇਹ ਟਾਰਗੇਟਸ ਪਿਕਅਪ ਕਰਦੇ ਆ ਕਿ ਜਿਹੜੇ ਬੰਦਿਆਂ ਦੀ ਪ੍ਰੋਫਾਈਲ ਠੀਕ ਹੈ, ਅਮੀਰਜ਼ਾਦੇ ਨੇ ਜਾਂ ਥੋੜ੍ਹੇ ਅੱਛੇ ਘਰਾਂ ਦੇ ਲੱਗਦੇ, ਇਹਨਾਂ ਨੂੰ ਉਹਨੂੰ ਲੜਕੀ ਦੇ ਥਰੂ ਅਪਰੋਚ ਕਰਾ ਕੇ। ਹਨੀ ਟ੍ਰੈਪ ਦਾ ਇਹ ਬੜਾ ਇੰਪੋਰਟੈਂਟ ਅਤੇ ਬੜਾ ਵਿਵੇਕਲਾ ਜਿਹਾ ਕੇਸ ਆਇਆ ਕਿ ਜਿਸ 'ਚ ਲੜਕੀ ਨੂੰ ਇੱਕ ਯੂਜ਼ ਕੀਤਾ ਗਿਆ ਮੋਹਰਾ ਬਣਾ ਕੇ ਟ੍ਰੈਪ ਕਰਨ ਵਾਸਤੇ, ਪਹਿਲਾਂ ਚੈਟਿੰਗ ਕੀਤੀ ਗਈ ਇੰਸਟਾਗ੍ਰਾਮ ਫੇਸਬੁੱਕਸ ਦੇ ਉੱਤੇ, ਪ੍ਰੋਫਾਈਲ ਦੇਖ ਕੇ ਬੰਦਿਆਂ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਸ ਤੋਂ ਬਾਅਦ ਫਿਰ ਇਹਨੂੰ ਲੜਕੀ ਨੂੰ ਮਿਲਣ ਦਾ ਟਾਈਮ ਮੁਕਰਰ ਕੀਤਾ ਗਿਆ, ਔਰ ਜਿਹੜੇ ਵਾਰਦਾਤ ਵਾਲੇ ਦਿਨ ਇਹਨੂੰ ਇੱਥੇ ਜਿਹੜੇ ਪੰਜਾਬ ਮਾਲ ਦੇ ਕੋਲ ਲਾਇਆ, ਫਿਰ ਉੱਥੇ ਇਹ ਇੰਟਰੋਡਿਊਸ ਹੋਇਆ ਅਜੇ ਕਾਦੀਆਂ ਨੇ ਐਜ ਏ ਫਰੈਂਡ ਆਫ ਰਾਖੀ। ਅਤੇ ਰਾਖੀ ਨੇ ਇਹਨੂੰ ਕਿਹਾ ਕਿ ਆਪਾਂ ਇੱਕ ਹਾਊਸ ਪਾਰਟੀ ਵੀ ਕਰਨੀ ਹੈ। ਫਿਰ ਉਹ ਸਾਰੇ ਉਹਦੇ ਘਰੋਂ ਜਾ ਕੇ ਉਹਦੇ ਕਾਲਜ ਦੇ ਉੱਤੋਂ, ਫਿਰ ਇਹ ਜਿਹੜਾ ਰਣਜੀਤ ਐਵਨਿਊ, ਰਣਜੀਤ ਨਗਰ, ਇਹ ਖਰੜ, ਉੱਥੇ ਇਹਨਾਂ ਦਾ ਇੱਕ ਫਲੈਟ ਸੀਗਾ, ਉੱਥੇ ਲੈ ਕੇ ਗਏ, ਜੋ ਹੁਣ ਪੁੱਛ ਗਿੱਛ ਤੋਂ ਪਤਾ ਲੱਗਿਆ। ਪਹਿਲਾਂ ਇਹਨਾਂ ਨੇ ਉੱਥੇ ਜਦੋਂ ਉਹਨੂੰ ਗੱਡੀ ਦੇ ਵਿੱਚ ਓਵਰ ਪਾਵਰ ਕਰਕੇ ਉਹਦੀ ਅੱਖਾਂ 'ਚ ਮਿਰਚਾਂ ਪਾਈਆਂ, ਫਿਰ ਉਹਨੂੰ ਇੱਕ ਸੈਡੇਸ਼ਨ ਦਾ ਇੰਜੈਕਸ਼ਨ ਦਿੱਤਾ, ਬੇਹੋਸ਼ ਹੋ ਗਿਆ। ਉਹਨੂੰ ਬੜਾ ਇਨਹਿਊਮਨ ਤਰੀਕੇ ਨਾਲ ਡਿੱਗੀ 'ਚ ਪਾ ਕੇ ਅਤੇ ਆਪਣੇ ਫਲੈਟ ਲੈ ਗਏ। ਉੱਥੇ ਲੜਕੀ ਨੇ ਉਹਨੂੰ ਬੰਨ੍ਹ ਕੇ ਰੱਖਿਆ, ਇਹਨਾਂ ਨੇ ਲੜਕੀ ਸੁਪਰਵਾਈਜ਼ ਕਰ ਰਹੀ ਸੀ ਜਦੋਂ ਕਿ ਅਜੇ ਘਰ ਦੇ ਹਨ, ਸਾਰੀਆਂ ਏਜੰਸੀਆਂ ਕਾਲਜ ਕਰ ਰਿਹਾ ਸੀ। ਔਰ ਇਹ ਇੰਨੇ ਦਿਨਾਂ ਤੋਂ ਕਦੇ ਸੈਡੇਟਿਵਸ ਪਾਣੀ ਦੇ ਵਿੱਚ ਘੋਲ ਕੇ, ਕਦੇ ਕੁਛ ਚੀਜ਼ਾਂ ਦੇ ਵਿੱਚ ਦਿੰਦੇ ਰਹੇ, ਔਰ ਇਹ ਲੱਕੀ ਹਾਂ ਕਿ ਲੜਕੇ ਦੀ ਸਹੀ ਸਲਾਮਤ ਆਪਾਂ ਨੂੰ ਮਿਲ ਗਿਆ, ਐਂਡ ਇਜ਼ ਹੇਲ ਐਂਡ ਹਾਰਟੀ। ਤੋ ਮੇਨ ਗੱਲ ਇਹਦੇ 'ਚ ਇਹ ਆਈ ਹੈ ਕਿ ਇਹ ਜਿਹੜਾ ਅਜੇ ਕਾਦੀਆਨ ਹੈ, ਇਹ ਫਾਰਮਾਸਿਸਟ ਦਾ ਇਹਨੇ ਪਹਿਲਾਂ ਪੋਸਟ ਕਰਸ ਵੀ ਕੀਤਾ ਹੋਇਆ, ਨਾਲ ਇਹਦੇ ਇੱਕ ਦੋਸਤ ਹੈਗਾ ਜਿਹੜਾ ਕਿ MBBS ਕਰ ਰਿਹਾ ਅਜੇ, ਜਿਹੜਾ ਦੂਸਰਾ ਹੈਗਾ ਉਹਨੂੰ ਵੀ ਨੌਲੇਜ ਸੀਗੀ। ਇਹਨਾਂ ਨੇ ਉਹ ਮੈਡੀਕਲ ਸਟੋਰ, ਕਿਉਂਕਿ ਅਜੇ ਕਾਦੀਆਨ ਦੇ ਫਾਦਰ ਦਾ ਪਾਣੀਪਤ 'ਚ ਵੀ ਹੈ,
ਉਹ ਸਾਰੀਆਂ ਗੱਲਾਂ ਰਲਾ ਕੇ ਇਹਨਾਂ ਨੇ ਕੰਮ ਕੀਤਾ ਪਰ ਜਿਹੜੀਆਂ ਬਰਾਮਦਗੀਆਂ ਹੋਈਆਂ ਪੰਜ ਮੋਬਾਈਲਸ ਨੇ ਇੱਕ ਹੋਂਡਾ ਕਾਰ ਹੈਗੀ ਹੈ ਸੀ ਔਰ ਇੱਕ 1.32 ਪਿਸਟਲ ਹੈ ਉਹਦੇ ਨਾਲ 9 ਰਾਊਂਡਸ ਨੇ ਸੋ ਇਹ ਸਾਰਾ ਜਿਹੜਾ ਆਪਰੇਸ਼ਨ ਹੈ ਇਹ 3 ਦਿਨ ਲਗਾਤਾਰ ਪੁਲਿਸ ਦੀ ਸਖ਼ਤ ਮਿਹਨਤ ਨਾਲ ਇਹ ਸਪੈਸ਼ਲੀ SSP ਸਾਹਿਬ ਨੇ ਆਪ ਪਰਸਨਲੀ ਬਹੁਤ ਇਹਨੂੰ ਮੋਨੀਟਰ ਕੀਤਾ ਔਰ ਐਗਜ਼ੀਕਿਊਸ਼ਨ ਦੇ ਵਿੱਚ ਕੋਈ ਵੀ ਅਸੀਂ ਚਾਂਸ ਨਹੀਂ ਲਿਆ ਗਿਆ ਕੋਈ ਆਫੀਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦਿਨ ਰਾਤ ਇਸ ਕੰਮ 'ਤੇ ਲੱਗੇ ਰਹੇ ਔਰ ਸਾਡੇ ਜਿਹੜੇ CM ਸਾਹਿਬ ਦੇ ਅਤੇ DG ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਕ੍ਰਿਮੀਨਲਸ ਔਰ ਕ੍ਰਿਮੀਨਲ ਕ੍ਰਾਈਮ ਐਕਟੀਵਿਟੀਜ਼ ਦੇ ਖਿਲਾਫ ਇਮੀਡੀਏਟ ਐਕਸ਼ਨ ਕਰਨਾ ਉਹਦੇ 'ਚ ਮੋਹਾਲੀ ਪੁਲਿਸ ਬੜੀ ਖਰੇ ਉਤਰੀ ਹੈ ਇਸ ਗੱਲ 'ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਦੇਸ਼ ਹੈ ਜਿਹੜਾ ਜੀ ਕਿੱਥੋਂ ਬਰਾਮਦ ਹੋਇਆ ਇਹ ਲੜਕੀ ਦੇ ਬਿਹਾਫ ਤੇ ਚੈਟਿੰਗ ਵੀ ਆਪ ਕਰਦਾ ਰਹਿੰਦਾ ਸੀ ਸੋ ਦੈਟ ਬੰਦੇ ਨੂੰ ਬਿਲਕੁਲ ਲਿਓਰ ਕਰ ਲਵੇ